ਸੋ ਸ਼ਿਕਾਗੋ ਉਕਰਨ ਪੰਜਾਬੀ ਤੋਂ ਸਵਾਗਤ ਹੈ ਮੈਂ ਗੁਰਜਿੰ다 ਸਿੰਘ ਪੰਗੋ ਤੇ ਮੇਰੇ ਨਾਲ ਹੋਗੇ ਵਿਦਵਾਨ ਮੌਜੂਦ ਨੇ ਡਾਕਟਰ ਪੈਰਲਾਲ ਗਰਕ ਸਭ ਗਰਕ ਸਭ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਜੀ ਬਹੁਤ-ਬਹੁਤ ਪੰਸਾ ਜੀ ਗਰਕ ਸਾਹਿਬ ਪੰਜਾਬ ਦਾ ਬਜਟ ਆਇਆ ਤੇ ਬਜਟ ਤੋਂ ਤੁਸੀਂ ਐਨ ਸਮਾਂ ਪਹਿਲਾਂ ਆਪਣਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਦੇ ਹੋ ਜਿੱਦੇ ਚ ਤੁਸੀਂ ਕਾਮਿਆਂ ਦੀ ਗੱਲ ਕਰਦੇ ਹੋ ਔਰਤਾਂ ਦੀ ਗੱਲ ਕਰਦੇ ਆਪਾਂ ਵੀ तमाम ਮੁੱਦਿਆਂ ਤੋਂ 13 ਸਬਜੈਕਟ ਦੇ ਤੇ ਗੱਲਬਾਤ ਕਰਦੇ ਰਹਿੰਦੇ ਆ ਕਿ ਜਿਹਦੇ ਹਾਲਾਤ ਨੇ ਭਾਵੇਂ ਪੰਡਾਂ ਦੇ ਵਿੱਚ ਔਰਤਾਂ ਜਾਂ ਖੁਦ ਖੁਸ਼ੀ ਪੇੜਤ ਜੋ ਦੂਰਾ ਕਾਮੇ ਦੀ ਗੱਲ ਕਰਦੇ ਆ ਕਿ ਫਿਰ ਨਹੀਂ ਹੈਗਾ ਸਭ ਕੁਝ ਗਰਾਊਂਡ ਲੈਵਲ ਦੇ ਉੱਤੇ ਹਾਲਾਤ ਬੜੇ ਨਾਜ਼ੁਕ ਬਣੇ ਹੁੰਦੇ ਜਿਉਂ-ਜਿਉਂ ਸਵਾ ਵਿੱਚ ਦਾ ਜਾਂਦਾ ਜਿਹੜੇ ਤੰਗੀ ਤੁਰਸ਼ੀਆਂ ਦੇ ਦੌਰ ਨੇ ਜਿਹੜੀ ਜ਼ਿੰਦਗੀ ਹੈ ਉਹ ਜ਼ਿੰਦਗੀ ਬੜੀ ਔਖੀ ਹੋ ਗਈ ਡੋਣੀ ਤੁਸੀਂ ਤਾਂ ਲਗਾਤਾਰ ਪ੍ਰੈਕਟੀਕਲ ਤੌਰ ਤੇ ਵੀ ਵਿਚਰਦੇ ਰਹਿੰਦੇ ਹੋ ਜਾ ਕੇ ਸੰਬੋਧਨ ਵੀ ਹੁੰਦੇ ਹੋ ਨਰੇਗਾ ਵਾਲਿਆਂ ਨੂੰ ਵੀ ਹੋਰ ਫਰੰਟ ਵਾਲਿਆਂ ਨੂੰ ਵੀ ਤੇ ਪੇਪਰ ਦੇ ਵਿੱਚ ਵੀ ਲਿਖਦੇ ਹੋ ਜੇਕਰ ਸਮਝਣਾ ਹੋਵੇ ਤੁਹਾਡੇ ਕੋਲੋਂ ਇੱਕ ਵਾਰ ਫਿਰ ਆਪਾਂ ਨੇ ਜੇਕਰ ਬਜਟ ਦੇ ਸੰਦਰਭ ਤੋਂ ਵੀ ਸਮਝਣਾ ਹੋਵੇ ਇਸ ਗੱਲਬਾਤ ਨੂੰ ਯੂਟੱਪ ਪੰਜਾਬੀ ਟ੍ਰਿਬਿਊਨ ਦੇ ਵਿੱਚ ਆਰਟੀਕਲ ਛਪਿਆ ਇੱਕ ਵਾਰ ਅੰਡਰਟਸਾਫ ਸਾਹਿਬ ਦੇ ਦਸ ਘਰ ਨਾਲ ਵੀ ਬਿਆਨ ਕਰੋ ਉਹ ਵਾਲਾ ਅ ਦੇਖੋ ਭੰਗੂ ਸਾਹਿਬ ਜਿਹੜਾ ਬਜਟ ਹੁੰਦਾ ਹੈ ਉਹ ਇਸ ਵਾਸਤੇ ਹੁੰਦਾ ਹੈ ਕਿ ਲੋਕਾਂ ਦੇ ਕੰਮ ਦੇ ਘੰਟੇ ਵਧਣਾ ਲੋਕਾਂ ਨੂੰ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਬਰਾਬਰ ਲਿਆਂਦਾ ਜਾਵੇ ਸਰਕਾਰ ਦੀ ਆਮਦਨ ਵਧੇ ਤੇ ਜਿੱਥੇ ਹਿਰਾਫੇਰੀ ਹੋ ਰਹੀ ਹੈ ਉਹ ਘਟੇ ਹੁਣ ਸਰਕਾਰ ਦੀ ਆਮਦਨ ਕਦ ਵਧਣੀ ਹੈ ਯਾ ਕਿਿਹੜੇ ਲੋਕ ਪਿੱਛੇ ਰਹਿ ਗਏ ਉਹਨਾਂ ਨੂੰ ਕਦ ਬਰਾਬਰ λεਉਣਾ ਹੈ ਉਹ ਲੈਣਾ ਉਹਨਾਂ ਨੂੰ ਸਹਾਰਾ ਦੇ ਕੇ ਪੰਜਾਬ ਚ ਤਿੰਨ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਲੋਕਾਂ ਦੇ ਘਰਾਂ ਨੂੰ ਉਜਾੜ ਰਹੀਆਂ ਨੇ ਉਹਦੇ ਵਿੱਚ ਇੱਕ ਬੇਰਜ਼ਗਾਰੀ ਹੈ ਇੱਕ ਖੁਦਕਸ਼ੀਆਂ ਨੇ ਕਿਸਾਨੀ ਦੀਆਂ ਤੇ ਉਸ ਤੋਂ ਅੱਗੇ ਨਸ਼ੇ ਨੇ ਫਿਰ ਜਿਹੜਾ ਆਖਰੀ ਲੈਣਾ ਹੋਵੇ ਤਾਂ ਜਿਹੜੇ ਹੈਗੇ ਨੇ ਐਕਸੀਡੈਂਟ ਨੇ ਇਨਾਂ 'ਚ ਜਦ ਬੰਦੇ ਮਰ ਜਾਂਦੇ ਨੇ ਤਾਂ ਘਰ ਦੇ ਵਿੱਚ ਖਾਸ ਕਰਕੇ ਔਰਤਾਂ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਪ੍ਰੇੜਿਤ ਹੁੰਦੀਆਂ ਨੇ ਕਿਉਂਕਿ ਮਰਦੇ ਸ੍ਰੀ ਸੈੱਟ ਕਰਦੇ ਨੇ ਜ਼ਿਆਦਾ ਖੇਤੀ 'ਚ ਤੇ ਬੇਰਜ਼ਗਾਰੀ ਦੇ ਵਿੱਚ ਜਿਹੜਾ ਹੈਗਾ ਉਹਦਾ ਵੀ ਦਸੌਂਟਾ ਜ਼ਿਆਦਾ ਕਿਉਂਕਿ ਯੰਗ ਕੁੜੀਆਂ ਜ਼ਰੂਰ ਭਰਦੀਆਂ ਨੇ ਪਰ ਬਹੁਤ ਹੀ ਜ਼ਿਆਦਾ ਮੇਲ ਮੈਂਬਰ ਹੁਣ ਉਹਦਾ ਜਿਹੜਾ ਹੱਲ ਹੈ ਹੱਲ ਇਹ ਹੈ ਕਿ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਨ੍ਹਾਂ ਦੇ ਘਰਾਂ ਦਾ ਕੋਈ ਜੀ ਚੜ੍ਹਾ ਗਿਆ ਉਹਨਾਂ ਨੂੰ ਜਿਹੜਾ ਇਹ ਆਫਤ ਪ੍ਰਬੰਧਨ ਚ ਪੈਸਾ ਰੱਖਦੇ ਨੇ ਉਹ ਚੋਂ ਪੈਸਾ ਲਾਇਆ ਜਾਵੇ ਹੁਣ ਇੱਕ ਪਾਸੇ ਆਫਤ ਪ੍ਰਬੰਧਨ ਵਾਸਤੇ 18000 ਕਰੋੜ ਰੁਪਏ ਰੱਖਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਕੋਈ ਪੁੱਛੇ ਵੀ ਉਹਦੇ ਚੋਂ ਤੁਸੀਂ ਭਾਈ ਜਿਹੜੇ ਲੋਗ ਜਿਨ੍ਹਾਂ ਦੇ ਸੁਇਸਾਈਡ ਵਿਕਟਮ ਨੇ ਉਹਨਾਂ ਦਾ ਜਿਹੜਾ ਤੁਸੀਂ ਦੇਣਾ ਸੀ ਉਹ ਤਾਂ ਤੁਸੀਂ ਉਹ ਤਾਂ ਆਫਤ ਹੈ ਨਾ ਸੁਇਸਾਈਡ ਹੋਣੇ ਤਾਂ ਲਗਾਤਾਰ ਐਕਸੀਡੈਂਟ ਹੋਣੇ ਨਸ਼ੇ ਨਾਲ ਨੇ ਸੋ ਉਹਦੇ ਚ ਇਹਨਾਂ ਨੇ ਕੋਈ ਤਰੀਕੇ ਨਾਲ ਕਿਉਂਕਿ ਕੁਝ ਰੱਖਿਆ ਨਹੀਂ ਸਾਰਾ ਬਜਟ ਵੀ ਇਹ ਦੱਸਦਾ ਹੈ ਆਰੇ ਮੈਨੂੰ ਲੱਗਦਾ ਵੀ ਚਰਚਾ ਵੀ ਨਹੀਂ ਇੱਥੇ ਹੋਣੀ ਕਿਉਂਕਿ ਚਰਚਾ ਕਿੱਥੇ ਹੁੰਦੀ ਹੈ ਚਰਚਾ ਹੁੰਦੀ ਹੈ ਜਿਹੜੇ ਤਕੜੇ ਨੇ ਜਿਹੜੇ ਰੌਲਾ ਪਾ ਰਹੇ ਨੇ ਜਿੰਨਾਂ ਮਰਜ਼ੀ ਖਰਚ ਕਰੀ ਜਾਂਣ ਖਰਾਬ ਕਰ ਦੇਣ ਤਾਂ ਨਹੀਂ ਕੋਈ ਪੁੱਛਦਾ ਉਹ ਹੀ ਇਹ ਏਡਾਰਿਆਂ ਦੀ ਚਰਚਾ ਹੁੰਦੀ ਹੈ ਕਿਉਂਕਿ ਉਹ ਰੌਲਾ ਪਾ ਕੇ ਸੀ ਸੜਕ ਰੋਕ ਦਾਂਗੇ ਅਸੀਂ ਆਹ ਵੀ ਕਰ ਦਾਂਗੇ ਪੈਸੇ ਖਰਾਬ ਕਰੀ ਜਾਓ ਕਿਸੇ ਨੂੰ ਹਿਸਾਬ ਦਿਓ ਨਾ ਕਹੋ ਜੀ ਸੰਤਾ ਇੰਨੇ ਪੈਸੇ ਖੋੜ ਦਿਓ ਉਹ ਜਿਹੜੇ ਤਕੜੇ ਨੇ ਉਹ ਪੈਸੇ ਹੋਰ ਬੰਦੇ ਰਹਿੰਦੇ ਨੇ ਉਹਦੇ ਉੱਤੇ ਕੁਝ ਵੀ ਕਰਦੇ ਰਹਿੰਦੇ ਨੇ ਪਰ ਜਿਹੜੇ ਇਹ ਜਿਹੜੀਆਂ ਔਰਤਾਂ ਨੇ ਜਿਹਦੇ ਵਿੱਚ ਸਵੈਸਾਈਡ ਕਰਨ ਪਰਿਵਾਰਾਂ ਦੀਆਂ ਨੇ ਅਸੀਂ ਥਾਂ ਥਾਂ ਦੇ ਉੱਤੇ ਕਾਨਫਰੰਸਾਂ ਕਰਕੇ ਦੇਖਿਆ ਵੀ ਕਿੰਨੀ ਉਹ ਦੁਖੀ ਨੇ ਹੁਣ ਹੀ ਅਸੀਂ 28 ਤਰੀਕ ਨੂੰ ਸੌਰੀ ਕਿਸੇ 8 ਤਰੀਕ ਨੂੰ 8 ਮਾਰਚ ਨੂੰ ਅੱਜ ਮਾਰਚ ਵਿੱਚ ਕਾਨਫਰੰਸ ਕਰੀ ਸੀ 28 ਸੈਕਟਰ ਚ ਉੱਥੇ ਮਤਲਬ ਆਰਥਿਕ ਕਿਵੇਂ ਰੋ ਰਹੀਆਂ ਸੀ ਮੰਰੇਗਾ ਦੇ ਬਾਰੇ ਵੀ ਹੁਣ ਸਰਕਾਰ ਕੋਲ ਇੱਕ ਤਾਂ ਸਾਧਨ ਸੀਗਾ ਕਿ ਮੰਰੇਗਾ ਚ ਦਿਹਾੜੀ ਦੇਵੇ ਮੰਰੇਗਾ ਵਾਸਤੇ ਸਾਰੇ 660 ਕਰੋੜ ਰੁਪਏ ਕਿ 665 ਕਰੋੜ ਉਹ ਹੋਇਆ ਜਿਹੜਾ ਮਟੀਰੀਅਲ ਕਾਸਟ ਦੇ ਵਿੱਚ ਸ਼ੇਅਰ ਦੇਣਾ ਹੈ ਜੇ ਕਿਤੇ ਉਹ ਜਿਨ੍ਹਾਂ ਨੂੰ ਦਿਹਾੜੀ ਨਹੀਂ ਦਿੰਦੇ ਉਹ ਦੇਣੇ ਪੈਗੇ ਫਿਰ ਤਾਂ 600 ਮੈਂਟ ਕਰੋ ਬਲੇ ਸੀ ਉੱਡ ਜੂ ਪਰ ਜਿਹੜਾ 665 ਕਰੋ ਰੱਖਣਾ ਹੈ ਉਹ ਇਹ ਦੱਸਦਾ ਹੈ ਵੀ ਇਹਨਾਂ ਨੇ ਟੋਟਲ ਜਿਹੜਾ ਰੁਜ਼ਗਾਰ ਹੈ ਮੰਡੇਗਾ ਦੇ ਵਿੱਚ ਥੋੜੀ ਦੇਣਾ ਕਿਉਂਕਿ ਹੁਣ ਤੱਕ ਵੀ ਪੌਣੇ 12000 ਲੋਕਾਂ ਨੂੰ ਹੀ ਪੂਰੇ 100 ਦਿਨ ਦਾ ਰੁਜ਼ਗਾਰ ਦਿੱਤਾ ਮਹੀਨਾ ਤਾਂ ਖਤਮ ਸਾਲ ਤਾਂ ਖਤਮ ਹੋਣ ਵਾਲਾ ਹੋ ਗਿਆ ਸੋ ਐਵਰੇਜ ਰੁਜ਼ਗਾਰ 36 ਦਿਨ ਦਾ ਥਾ ਹੁਣ ਜਿਹੜਾ 100 ਦਿਨ ਦੇ ਰੋਜ਼ਗਾਰ ਦਾ ਪੈਸਾ ਕੇਂਦਰ ਤੋਂ ਆਣਾ ਹੈ ਤੁਸੀਂ ਬਾਹਰ ਥੋੜਾ ਪੈਸਾ ਲਾਉਣਾ ਹੈ ਤੁਸੀਂ ਉਹ ਰੋਜ਼ਗਾਰ ਉਹ ਵੀ ਨਹੀਂ ਦੇਣ ਨੂੰ ਤਿਆਰ ਕਿਹਦੇ ਨਾਲ ਤੁਹਾਡੇ ਸੈਂਕੜੇ ਕੰਮ ਹੋ ਜਾਣੇ ਨੇ ਫਿਰ ਉਸ ਤੋਂ ਘਾਹ ਰੋਜ਼ ਰੋਲਾ ਪਾਉਂਦੇ ਨੇ ਸਾਡੇ ਜੀ ਧਰਤੀ ਦਾ ਪਾਣੀ ਘਟ ਗਿਆ ਪਾਣੀ ਘਟ ਗਿਆ ਬਰਸ਼ਾ ਦਾ ਪਾਣੀ ਇਦਾਂ ਹੀ ਚਲਾ ਜਾਂਦਾ ਸਾਡੇ ਟੋਬੇ ਖਰਾਬ ਫਲਾਣਾ ਤੁਸੀਂ ਭਾਈ ਬਰਖਾ ਦਾ ਪਾਣੀ ਛੱਡਣ ਜਾਣ ਵਾਸਤੇ ਕੰਮ ਕਰ ਲਓ ਇਹ ਮਡੇਗਾ ਰਹੀਂ ਹੋ ਜਾਊਗਾ ਤੁਸੀਂ ਪਲਾਂਟ ਲਵਾ ਦਿਓ ਪੌਦੇ ਲਵਾ ਦਿਓ ਉਹਦੇ ਨਾਲ ਹੀ ਪਾਣੀ ਜਨਾ ਧਰਤੀ ਚ ਲੈ ਜਾਣੀ ਆ ਸਾਰਾ ਪੋਧਨਾ ਬਤਾਵਨੀ ਵੀ ਸਾਫ ਹੋ ਜੂ ਤੁਸੀਂ ਪੋਦੇ ਫਲਾਂ ਵਾਲੇ ਵਾਦੋ ਲੋਕਾਂ ਨੂੰ ਫਲ ਮਿਲਣਗੇ ਲੋਕਾਂ ਨਾਲ ਜਿਹੜੀ ਖੂਨ ਦੀ ਕਮੀ ਆ ਉਹੀ ਦੂਰ ਹੋ ਜੂਗੀ ਐਨੀਮੀਆ ਦੂਰ ਹੋ ਜੂਗਾ ਤਾਕਤ ਆ ਜੂਗੀ ਤੁਸੀਂ ਜਿਹੜਾ ਮਨਰੇਗਾ ਦੇ ਵਿੱਚ ਪਸ਼ੂਆਂ ਦੇ ਬਾੜੇ ਬੱਕਰੀਆਂ ਦੇ ਬਾੜੇ ਮੁਰਗੀਖਾਨੇ ਬਣਵਾਉਣੇ ਇਹ ਬਣਵਾ ਲਓ ਉਹਨਾਂ ਦੇ ਰਾਹੀਂ ਤੁਸੀਂ ਉਹ ਜਿਹੜਾ ਉਹਨਾਂ ਨੂੰ ਪੋਸਟ ਦਾ ਹਰਮਨਣਾ ਸ਼ੁਰੂ ਹੋ ਜਾਏਗਾ ਕਿਸੇ ਨਾ ਕਿਸੇ ਲੈਵਲ ਤੇ ਸੋ ਜਿਹੜਾ ਮਨਰੇਗਾ ਦੇ ਰਾਹੀਂ ਸੁਪੂਲ ਚਾਰਦੀਵਾਰੀ ਬਣਾ ਦਿਓ ਅੰਗਣਵਾਰੀ ਦੀ ਚਾਰਦੀਵਾਰੀ ਬਣਾ ਦਿਓ ਪੁਲੀਆਂ ਬਣਾ ਦਿਓ ਰਸਤੇ ਬਣਾ ਦਿਓ ਤਦ ਤੱਕ ਲੋਕਾਂ ਨੂੰ ਸੌਖਾ ਹੋਵੇ ਇਹ ਜਿਹੜੀਆਂ ਆਂਗਣ ਵਾਲੀ ਸਕੂਲਾਂ ਦੀ ਚਾਰਦਵਾਰੀ ਸਰਕਾਰੀ ਦੀ ਉੱਥੇ ਟਾਇਲਟ ਵਗੈਰਾ ਬਣਨੇ ਉਹਦੇ ਵਿੱਚ ਜਿਹੜੇ ਰਸਤੇ ਸਾਫ਼ ਹੋਣੇ ਠੀਕ ਹੋਣੇ ਪੁੜੀਆਂ ਬਣਨੀਆਂ ਟੋਬੇ ਠੀਕ ਹੋਣੇ ਇਹ ਖੁਰਨੀਆਂ ਠੀਕ ਹੋਣੀਆਂ ਪਸ਼ੂ ਵਾਲੇ ਠੀਕ ਹੋਣੇ ਇਹ ਸਾਰਾ ਕੁਝ ਜਿਹੜਾ ਇਹ ਔਰਤਾਂ ਦੇ ਉੱਤੇ ਅਸਰ ਪਾਉਂਦਾ ਆ ਆਖਰਕਾਰ ਕਿਉਂਕਿ ਉੱਥੇ ਜਿਹੜੇ ਬੱਚੇ ਨਰਦੀਆਂ ਤੇ ਕੁੜੀਆਂ ਹੀ ਪੜ੍ਹਦੀਆਂ ਨੇ ਸਰਕਾਰੀ ਸਕੂਲਾਂ 'ਚ ਦੂਜੀ ਕਲ ਅਦਾਲਤ ਨੇ ਕਿ ਜਿਨ੍ਹਾਂ ਨੇ ਅੰਗਣਵਾਲੀ ਜਾਣਾ ਉਹ ਵੀ ਗਰੀਬਾਂ ਦੇ ਬੱਚੇ ਜਾ ਰਹੇ ਨੇ ਅਮੀਰ ਦਾ ਬੱਚਾ ਤਾਂ ਜਾਂਦਾ ਹੀ ਨਹੀਂ ਅੰਗਣਵਾਲੀ ਚੋਦੀ ਤੇ ਕੋਈ ਰੋਲੀ ਨਹੀਂ ਅੰਗਣਵਾਲੀ ਜਾਣਾ ਇਸ ਤਰ੍ਹਾਂ ਟੋਬੇ ਦਾ ਜਿਹੜਾ ਬਾਬ ਹੋਣਾ ਉਹ ਵੀ ਗਰੀਬ ਨੂੰ ਹੀ ਹੋਣਾ ਸੋ ਜਿਹੜਾ ਗਰੀਬ ਨੂੰ ਤੁਸੀਂ ਮੰਡੇਗਾ ਰਾਹੀਂ ਦਿਹਾੜੀ ਦੇ ਕੇ ਇੱਥੋਂ ਦਾ ਵਾਤਾਵਰਣ ਵੀ ਠੀਕ ਕਰਨਾ ਸੀ ਇੱਥੋਂ ਦਾ ਪਾਣੀ ਵੀ ਠੀਕ ਕਰਨਾ ਸੀ ਤੁਸੀਂ ਉਹ ਦਿਹਾੜੀ ਦੇਣ ਨੂੰ ਤਿਆਰ ਨਹੀਂ ਜਿਹਦਾ ਪੈਸਾ ਕੇਂਦਰ ਚ ਆਉਣਾ ਇਹਦਾ ਮਤਲਬ ਹੈ ਫਿਰ ਉਹਨੇ ਜਿਹੜਾ ਗਰੀਬ ਹੈ ਉਹਨੂੰ ਜਿਹੜੇ ਪੈਸੇ ਮਿਲਣਗੇ ਇਹ ਮੇਰਾ ਅੰਦਾਜ਼ਾ ਵੀ ਜੇ ਬੱਤੀ ਦਾ ਕਾਰਡੇ ਬਣਾਉਣ ਤਾਂ 12000 ਕਰੋੜ ਰੁਪਇਆ ਇਹਨਾਂ ਕੋਲ ਕੇਂਦਰ ਤੋਂ ਆਏਗਾ ਉਹਦੇ ਚੋਂ 2.5 ਹਜ਼ਾਰ ਕਰੋੜ ਦਾ ਇਹਨਾਂ ਨੂੰ ਜੀਐਸਟੀ ਦਾ ਆ ਜਾਣਾ ਸੋ ਜੇ ਤੁਸੀਂ ਉਹ ਰੋਜ਼ਗਾਰ ਦੇਣ ਨੂੰ ਤਿਆਰ ਹੀ ਨਹੀਂ ਤੇ ਫਿਰ ਲੋਕਾਂ ਨੇ ਤਾਂ ਸਮਾਨ ਖਰੀਦਣਾ ਨਹੀਂ ਕਿਉਂਕਿ ਉਹਨਾਂ ਕੋਲ ਪੈਸੇ ਹੀ ਨਹੀਂ ਹੈਗੇ ਜੇ ਇਹ 12000 ਕਰੋੜ ਰੁਪਇਆ ਸਾਡੇ ਅਰਥਚਾਰੇ ਦੇ ਵਿੱਚ ਆਏਗਾ ਸਮਾਨ ਖਰੀਦਣ ਵਾਸਤੇ ਕੋ ਉਹ ਤਾਂ ਗਰੀਬ ਨਹੀਂ ਜਿੰਨੇ ਪੈਸੇ ਮਿਲਣਗੇ ਨਾਲ ਦੀ ਨਾ ਖਰਚਣੇ ਨੇ ਉਹਦੇ ਨਾਲ ਫਿਰ ਦੁਕਾਨਾਂ ਵਧਣਗੀਆਂ ਕੱਚਾ ਮਾਲ ਵਧੇਗਾ ਤੇ کارਖਾਨੇ ਜਿਹੜਾ ਕੰਮ ਵਧੇਗਾ ਸੋ ਇਹ ਜ ਇਹਨਾਂ ਨੂੰ ਇਹ ਅਰਥਚਾਰੇ ਦਾ ਜਿਹਨੂੰ ਅਸੀਂ ਕਹਿੰਦੇ ਸਿਆਸੀ ਆਰਥਿਕਤਾ ਇਹਨਾਂ ਨੂੰ ਅਰਥਚਾਰੇ ਦੀ ਸਿਆਸੀ ਆਰਥਿਕਤਾ ਨਹੀਂ ਆਉਂਦੀ ਅਸਲ 'ਚ ਸਾਡੇ ਜਿਹੜਾ ਮਰਦ ਪ੍ਰਧਾਨ ਸਮਾਜ ਇਹਨਾਂ ਹਰੇਕ ਗੱਲ ਮਰਦਾਂ ਦੀ ਕਰਦੇ ਨੇ ਜਿਹੜੀ ਔਰਤਾਂ ਉਹ ਅਰਥਚਾਰੇ ਦੀ ਧੁਰੀ ਹੈ ਅੱਜ ਔਰਤ ਹੀ ਕਰਦੀ ਹੈ ਅਰਥਚਾਰੇ ਦੀ ਧੁਰੀ ਹੈ ਆਮ ਔਰਤਾਂ ਕਹਿੰਦੀਆਂ ਅਸੀਂ ਪਿੰਨਾ 'ਚ ਵੀ ਇਹ ਮਰਦ ਕਹਿੰਿਆ ਨਾਲ ਪੁੱਟ-ਪੁੱਟ ਕੇ ਵੀ ਛੁੱਟੀ ਜਾਵੇ ਬਾਹਰ ਤਾਂ ਵੀ ਕਰਨੀ ਉਜੜਦਾ ਪਰ ਜੇ ਔਰਤ ਸੂਈ ਨਾਲ ਵੀ ਪਟਕੇ ਸੁਟਰੇ ਨੱਕ ਜੇ ਤੇ ਉਜੜ ਜਾਂਦਾ ਕਿਉਂਕਿ ਉਹਨੂੰ ਉਹਨੂੰ ਸਮਝ ਆ ਵੀ ਮੈਂ ਕੀ ਕਰਨਾ ਸੋ ਉਹ ਔਰਤਾਂ ਨੇ ਰੋਜ਼ਗਾਰ ਕਰਨਾ ਹੈ ਔਰਤਾਂ ਨੇ ਪਾਣੀ ਬਚਾਉਣਾ ਹੈ ਔਰਤਾਂ ਨੇ ਪੇੜ ਬਚਾਉਣੇ ਨੇ ਔਰਤਾਂ ਨੇ ਵਾਤਾਵਰਨ ਨੂੰ ਸਾਫ਼ ਰੱਖਣਾ ਹੈ ਉਹਨਾਂ ਨੂੰ ਤੁਸੀਂ ਨਾ ਮਰੇਗਾ ਤੇ ਰੋਜ਼ਗਾਰ ਦਿੰਨੇ ਹੋ ਨਾ ਜੇ ਉਹਨਾਂ ਦਾ ਕੋਈ ਘਰ ਆੜਾ ਖੁਦਕੁਸ਼ੀ ਕਰ ਗਿਆ ਪੁੱਤ ਖੋਸ਼ਕੀ ਕਰ ਗਿਆ ਕੋਈ ਦਿਓੜ ਜੇਟ ਕਰ ਗਿਆ ਉਹਨਾਂ ਨੂੰ ਕੁਝ ਦਿੰਨੇ ਹੋ ਕਿ ਜੇ ਨਸ਼ਿਆਂ ਦੀ ਦਲਦਲ ਨਸ਼ਿਆਂ ਦੀ ਦਲਦਲ ਤੇ ਉਹਨਾਂ ਦੇ ਔਰਤਾਂ ਨੇ ਤੇ ਜਿਹਨੇ ਔਰਤਾਂ ਵਿੱਚ ਇਹ ਸਫਰ ਕਰਤੀਆ ਆਰਥ ਨੂੰ ਤਏ ਸੰਤਾਪ ਹੰਡਾਉਣਾ ਪੈਂਦਾ ਜਦ ਘਰ ਦਾ ਨੌਜਵਾਨ ਪੁੱਤਰ ਪਤੀ ਧੀ ਕੋਈ ਵੀ ਮਰ ਜੇ ਨਸ਼ੇ ਦੇ ਨਾਲ ਜਦ ਉਹਨੂੰ ਉਹਨੂੰ ਖਬਰ ਮਿਲਦੀ ਉਹਦੇ ਵਾਸਤੇ ਮੰਨ ਉਸ ਕਬਰ ਹੈ ਪਰ ਉਹ ਨਸ਼ੇ ਤਾਂ ਫਲਾਇ ਸਰਕਾਰ ਨੇ ਨੇ ਸਰਕਾਰ ਦੀ ਨਲਕੀ ਨਾਲ ਉਹਦੇ ਉੱਤੇ ਵੀ ਨਹੀਂ ਕਰਿਆ ਕਿਉਂਕਿ ਉਹ ਇਕੱਠੀਆਂ ਵੀ ਹੁੰਦੀਆਂ ਨੇ ਕੋਸ਼ਿਸ਼ ਵੀ ਕਰਦੀਆਂ ਨੇ ਪਰ ਕੋਈ ਡੀਸੀ ਕੋਈ ਵੀਡੀਓ ਨਾ ਮਰੇ ਗੱਲਾਂ ਦੀ ਗੱਲ ਸੁਣਦਾ ਨਾ ਇਹਨਾਂ ਦੀ ਸੁੰਦਾਰੇ ਬਜਟ ਨੇ ਐਨ ਜਲੂਸ ਕਰਤਾ ਇੱਕ ਵੀ ਪੈਸਾ ਖੇਤੀ ਦਾ 13000 88388 ਕਰੋੜ ਦਾ ਬਜਟ ਹੈ ਉਸ 13888 ਕਰੋੜ ਚੋਂ 93 100 ਤਕਰੀਬਨ 31 ਕਰੋੜ ਜਿਹੜਾ ਹੈ ਉਹ ਤਾਂ ਹੈਗਾ ਇਹਦਾ ਬਿਜਲੀ ਦੇ ਸਬਸਿਡੀ ਦਾ ਬੇਟੀ ਨੂੰ ਜਿਹੜੀ ਦਿੱਤੀ ਜਾਂਦੀ ਹੈ ਹਜ਼ਾਰ ਕਿ ਕਰੋੜ ਕਹਿੰਦੇ ਅਸੀਂ ਲਾਣਾ ਹੈ ਵੀ ਕੋਈ ਨਵੇਂ ਟੈਕਨੀਕ ਤੇ ਹੋਰ ਕਰਾਂਗੇ ਸੋ ਕੋਈ 250 ਬਾਗਬਾਨੀ ਨੂੰ ਦੇ ਤਾਂ ਮੱਛੀ ਪਾਲਣ ਨੂੰ ਕੁਝ ਪੈਸੇ ਦੇਤੇ ਜੰਗਲਾਂ ਨੂੰ ਮੱਛੀ ਪਾਲਣ ਨੂੰ ਬਾਗਬਾਨੀ ਨੂੰ ਐਨੀਮਲ ਹੈਸਬੈਂਡਰੀ ਨੂੰ ਪਸ਼ੂ ਪਾਲਣ ਨੂੰ ਇਹ ਸਾਰੇ ਕਾਸੇ ਨੂੰ ਮੁਰਗੀ ਪਾਲਣ ਸੂਰ ਪਾਲਣ ਇਹ ਸਾਰੇ ਕਾਸੇ ਨੂੰ ਬੱਕਰੀਆਂ ਪਾਲਣਾ ਸਾਰੇ ਕਾਸੇ ਨੂੰ 4500 ਕਰੋੜ ਰੁਪਇਆ ਰੈਂਦਾ ਐਗਰੀਕਲਚਰ ਦੇ ਵਿੱਚ ਉਹ 4500 ਕਰੋੜ ਨਾਲ ਤੁਸੀਂ ਕਰ ਲਓ ਜੋ ਕੁਝ ਕਰਨਾ ਹੈ 4500 ਕਰੋੜ ਰੁਪਇਆ ਉਸ ਸ਼ੋਭੇ ਦੇ ਵਾਸਤੇ ਬਜਟ ਹੈ ਜਿਹੜਾ ਸ਼ੋਭਾ ਇਹਨਾਂ ਦੇ ਅਰਥਚਾਰੇ ਦੇ ਵਿੱਚ ਚੌਥਾ ਹਿੱਸਾ ਜੀਡੀਪੀ ਦਾ ਦੇ ਰਿਹਾ ਚੌਥੇ ਹਿੱਸੇ ਤੋਂ ਵੱਧ ਜਿਹੜਾ 36% ਦਾ ਜੁਗਾਰ ਦੇ ਰਿਹਾ ਸੋ ਜਿਹੜਾ ਸੋ ਬਾਕੀ ਛੱਡੋ ਜੀ ਵੀ ਖਾਣਾ ਦੇ ਰਿਹਾ ਪੂਰੇ ਦੇਸ਼ ਨੂੰ ਨਹੀਂ ਤਾਂ ਖਾਣਾ ਹੀ ਮਹਿੰਗਾ ਹੋ ਜਾਊਗਾ ਹੁਣ ਆ ਪਾਕਿਸਤਾਨ ਚ ਕਣਕ ਕਹਿੰਦੇ ਨੇ ਵੀ ਕਿੰਨਾ ਆਟਾ ਮਹਿੰਗਾ ਹੋਇਆ ਹੋਇਆ ਲੋਕਾਂ ਨੂੰ ਆਟਾ ਨਹੀਂ ਮਿਲਦਾ ਇੰਨਾਂ ਨੂੰ ਵੀ ਪਿਛਲੇ ਸਾਲ ਗਰਮੀ ਚ ਸੋ ਇਸ ਕਰਕੇ ਮੈਨੂੰ ਆਇ ਲੱਗਦਾ ਹੈ ਵੀ ਜਿੰਨਾ ਚਿਰ ਜੇ ਤੁਸੀਂ ਔਰਤਾਂ ਦੇ ਉੱਤੇ ਕੰਸੈਂਟਰੇਟ ਨਹੀਂ ਕਰੋਗੇ ਜਿਹੜੀਆਂ ਖਾਸ ਕਰਕੇ ਇਹ ਨੇ ਔਰ ਜਿਹਦੇ ਚ ਹੈਗੇ ਨੇ ਤਰੀਕੇ ਤੁਸੀਂ ਕੀ ਕਰਦੇ ਹੋ ਨਾ ਤਾਂ ਤੁਸੀਂ ਆਪ ਸਫਰ ਕਰ ਜਿਓ ਨਾ ਤੁਸੀਂ ਆਪ ਇਹਦੇ ਉੱਤੇ ਦਿਮਾਗੀ ਕੋਈ ਸੋਚ ਲਾਉਣਿਓ ਤੁਸੀਂ ਜੋ ਅਫਸਰशाही ਜਿਵੇਂ ਲਿਖ ਦਿੰਦੀ ਆ ਉਦਾਂ ਹੀ ਤੁਸੀਂ ਬਜਟ ਪਾਸ ਕਰ ਦਿੰਦੇ ਹੋ ਉਹ ਮੈਂ ਕਿਉਂ ਕਹਿਣਾ ਕੋਈ ਕਹਿ ਸਕਦਾ ਵੀ ਨਹੀਂ ਨਹੀਂ ਇਹ ਐਵੇਂ ਤੁਸੀਂ ਗੱਲਾਂ ਮਾਰੀ ਜਾਂਦੇ ਹੋ ਉਹ ਮੈਂ ਤਾਂ ਕਹਿਣਾ ਮੇਰੇ ਨਾਲੇ ਕਿਹਾ ਹੈ ਅਸੀਂ ਇੱਕ ਮਟਰਨਿਟੀ ਐਂਡ ਚਾਈਲਡ ਹਸਪਤਾਲ ਬਣਾਉਣੇ ਨੇ ਸੱਤ ਤੇ ਪਰ ਉਹਨਾਂ ਵਾਸਤੇ 43 ਕਰੋੜ ਰੁਪਇਆ ਰੱਖਿਆ ਹੈ ਉਹਦੇ ਉਲਟ ਕਹਿੰਦੇ ਦੋ ਅਸੀਂ ਇਹ ਆਯੁਰਵੇਦ ਦੇ ਆਯੂਸ਼ ਦੇ ਹਸਪਤਾਲ ਬਣਾਉਣੇ ਨੇ ਜਿੰਨੇ ਬਿਲਡਿੰਗਾਂ ਬਣ ਚੁੱਕੀਆਂ ਬਿਲਡਿੰਗਾਂ ਇੱਕ ਦੀ ਪੂਰੀ ਕੰਪਲੀਟ ਹੋ ਗਈ ਇੱਕ ਦੀ ਕੰਪਲੀਟ ਹੋਣ ਦੇ ਨੇੜੇ ਹੈ ਔਰ ਇਹ ਯੂਚ ਹਸਪਤਾਲ ਤਾਂ ਕੋਈ ਬਹੁਤੇ ਖਰਚੇ ਵੀ ਨਹੀਂ ਹੁੰਦੇ ਕਿਉਂਕਿ ਨਾ ਉਹਨਾਂ ਦੀ ਉਹਨੀਆਂ ਦਵਾਈਆਂ ਵੰਗੀਆਂ ਨਾ ਸਾਜ-ਸਮਾਨ ਹੋਇਆ। ਉਹਨੇ ਵਾਸਤੇ ਦੋ ਹਸਪਤਾਲਾਂ ਵਾਸਤੇ 9 ਕਰੋੜ ਰੱਖੇ 18 ਕਰੋੜ। ਉਹ 9-9 ਕਰੋੜ 8-8 ਕਰੋੜ ਨਾਲ ਕਹਿੰਦੇ ਅਸੀਂ ਬਣਾਵਾਂਗੇ। ਇਝੋ ਹੀ ਪਤਾ ਲੱਗਦਾ ਵੀ ਆਯੂਸ਼ਲ ਨੇ ਆਪਦਾ ਵੱਧ ਰੱਖ ਦਿੱਖਤਾ ਵਜਿਟ ਉਹਨਾਂ ਦਾ ਵੱਧ ਪਾਸ ਕਰ ਦੋ ਦੂਜਿਆਂ ਨੇ ਘੱਟ ਲਈ। ਤੁਸੀਂ ਪੂਰਾ ਇਹ ਹਿਸਾਬ ਤਾਂ ਲਗਾਓ ਵੀ ਕਿਹਨੂੰ ਕੀ ਦੇਣਾ ਕੀ ਨਹੀਂ ਦੇਣਾ। ਕਿਵੇਂ ਦੇਣਾ। ਸੋ ਇਸ ਕਰਕੇ ਇਦਾਂ ਯੂਨੀਵਰਸਟੀਆਂ ਦਾ ਯੂਨੀਵਰਸਿਟੀਆਂ 'ਚ 990 ਕਰੋੜ ਰਖਤਾ ਉੱਥੇ ਕੁੜੀਆਂ ਵੀ ਪੜ੍ਹਦੀਆਂ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਕੁੜੀਆਂ ਨੇ ਉਹ ਮੈਡੀਕਲ ਯੂਨੀਵਰਸਿਟੀ ਦੇ ਅੰਡਰ ਨੇ ਕਿਉਂਕਿ ਨਰਸਿੰਗ ਦੇ ਵਿੱਚ ਮੈਕਸਿਮ ਕੁੜੀਆਂ ਨੇ ਫਿਜ਼ੀਓਥੈਰੇਪੀ 'ਚ ਵੀ ਬਹੁਤ ਨੇ ਦਬੋਟੀ ਟੈਕਨੀਸ਼ੀਅਨ 'ਚ ਵੀ ਬਹੁਤ ਨੇ ਐਨਵੀਵੀਐਸ 'ਚ ਅੱਧੀਆਂ ਤੋਂ ਵੱਧ ਕੁੜੀਆਂ ਨੇ ਐਮਡੀ 'ਚ ਵੀ ਕੁੜੀਆਂ ਜ਼ਿਆਦਾ ਨੇ ਉਸ ਯੂਨੀਵਰਸਿਟੀ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਇੱਕ ਵੀ ਪੈਸਾ ਇਦਾਂ ਹੀ ਹਾਜ਼ਰੀਵੇਦ ਯੂਨੀਵਰਸਿਟੀ ਹੈ ਗੁਰੂ ਗਰਬਦਾਸ ਹਾਜ਼ਰੀਵੇਦ ਯੂਨੀਵਰਸਿਟੀ ਉਹਨੂੰ ਵੀ ਇੱਕ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਹਾਜ਼ਰੀਵੇਦ ਵਿੱਚ ਬਹੁਤ ਜ਼ਿਆਦਾ ਕੁੜੀਆਂ ਪੜ੍ਹਦੀਆਂ ਨੇ ਸੋ ਔਮਨ ਨੂੰ ਪੜ੍ਹਾਈ 'ਚ ਵੀ ਤੁਸੀਂ ਪਿੱਛੇ ਰੱਖ ਰਹੇ ਹੋ ਆਹ ਦੋ ਸ਼ੋਭੇ ਨੇ ਕਿਉਂਕਿ ਮੈਡੀਕਲ ਦੇ ਵਿੱਚ ਚਾਹੇ ਉਹ ਹਾਜ਼ਰੀਵੇਦ ਦੀ ਹੈ ਚਾਹੇ ਅਲੋਪੈਥੀ ਦੀ ਹੈ ਨਰਸਿੰਗ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਵੀ ਉਹ ਔਰਤਾਂ ਹੀ ਜਾਂਦੀਆਂ ਨੇ ਜ਼ਿਆਦਾ ਨਰਸਿੰਗ 'ਚ ਆ ਇੱਥੇ ਪਟਿਆਲੇ ਜਾਓ ਤੁਸੀਂ ਮਾਤਾ ਕਛੇੜਾ ਹਸਪਤਾਲ ਕੋਚੇ ਨਰਸਾਂ ਤੋਂ ਕੁੜੀਆਂ ਮਿਲਣਗੇ ਠੀਕ ਹੈ ਹੁਣ ਅੱਜਕੱਲ੍ਹ ਕੁਝ ਮੁੰਡੇ ਵੀ ਜਾਂਦੇ ਆ ਗਏ ਪਰ ਤੁਹਾਨੂੰ ਨਰਸਨ ਜੀ ਨੇ ਕੁੜੀਆਂ ਮਿਲਦੀਆਂ ਨੇ ਉਹ ਵੂਮਨ ਨੂੰ ਤੁਸੀਂ ਨਾ ਪੜਾਈ ਚੱਗੇ ਰੱਖ ਰਹੇ ਹੋ ਨਾ ਜਿਹੜੇ ਉਹਨਾਂ ਦੇ ਕੋਈ ਸਮਾਜਿਕ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਉਹਨਾਂ ਪਰਤੀ ਉਹ ਰੱਖ ਰਹੇ ਪਰ ਉਲਟਾ ਕਰਕੇ ਰਿਹਾ ਤੁਸੀਂ ਕਰਤਾ ਬਿਜੇ ਹਰੇਕ ਨੂੰ ਬਸ ਦਾ ਟਿਕਟ ਮਾਰ ਉਹ ਜਿਹੜਾ ਤੁਸੀਂ ਭਾਈ ਜਿਹੜੀ 2 ਲੱਖ ਰੁਪਿਆ 2 ਲੱਖ ਰੁਪਈਆ ਤਨਖਾਹ ਦਾ ਲੈਂਦੀ ਹੈ ਬੀਬੀ ਜਿਹਨੇ 5000 ਦਾ ਪਰਸੀ ਮੋਢੇ ਚ ਪਾਇਆ ਹੈ ਉਹਨੂੰ ਤੁਸੀਂ ਬਈ ਬਸ ਦਾ ਤੁਸੀਂ ਮੁਫਤ ਕਿਉਂ ਕਰੇ બસ ਦੇ ਟਿਕਟ ਦੇ ਵਿੱਚ ਜੇ 100 ਰੁਪਏ ਦਾ ਟਿਕਟ ਹੈ ਭੰਗੂ ਸਾਹਿਬ 40 ਰੁਪਏ ਉਹਦੇ ਚ ਟੈਕਸ ਹੁੰਦਾ ਹੈ 60 ਰੁਪਏ ਹੀ ਜਾਂਦੇ ਨੇ ਬੱਸ ਕੰਪਨੀ ਕੋਲ ਤਾਂ ਚਾਹੇ ਉਹ ਪੀਆਰਟੀਸੀ ਹੈ ਚਾਹੇ ਪੰਜਾਬ ਰੋਡਵੇ ਹੈ ਚਾਹੇ ਕੋਈ ਪ੍ਰਾਈਵੇਟ ਹੈ 40 ਰੁਪਏ ਤਾਂ ਸਰਕਾਰ ਦੇ ਖਾਤੇ ਵਿੱਚ ਟੈਕਸ ਦੇ ਹੁੰਦੇ ਨੇ ਤੁਸੀਂ ਉਹਦਾ ਟੈਕਸ ਵੀ ਛੱਡਤਾ ਨਾਲ ਉਹ 60 ਰੁਪਏ ਬੱਸ ਕੰਪਨੀ ਨੂੰ ਵੀ ਕੋਲੋਂ ਦੇਵੋਗੇ ਤੇ ਉਹਨੂੰ ਇੰਨੀ ਤਨਖਾਹ ਵੀ ਦੇ ਰਹੇ ਹੋ ਉਹਨੂੰ ਕਾਦੇ ਵਾਸਤੇ ਇਦਾਂ ਹੀ ਬਿਜਲੀ ਸਬਸਿਡੀ ਕਰਤੀ ਵੀ ਹਰੇ ਘਰ 'ਚ 300 ਕਿਉਂ ਵੀ ਹਰੇ ਘਰ 'ਚ 300 ਜੰਟ ਤੁਸੀਂ ਕਹੋ ਵੀ ਜਿਹਦੀ ਏਦੋਂ ਵੱਧ ਆਂਦਣਾ ਉਹਨੂੰ ਨਹੀਂ ਦੇਣਾ ਤੁਸੀਂ ਇੱਕ ਬਸੇ ਨੂੰ ਤਨਖਾਹ ਦੇ ਜਾਨ ਉਹਦੇ ਨਾਲ ਕਿਉਂਕਿ ਤੁਸੀਂ ਉਹਨਾਂ ਨੂੰ ਦੇਈ ਜਾਨਿਓ ਤਾਂ ਜਿਹੜੀਆਂ ਔਰਤਾਂ ਨੇ ਜਿਵੇਂ 71% 70% ਜਿਹੜੀਆਂ ਮਟਿਆਰਾ ਨੇ ਉਹਨਾਂ 'ਚ ਖੂਨ ਦੀ ਕਮੀ ਹੈ ਕਿ 58% ਔਰਤਾਂ ਜਿਹੜੀਆਂ ਜਾਂ ਦੁੱਧ ਚੰਗਾਉਂਦੀਆਂ ਨੇ ਜਾਂ ਪ੍ਰੈਗਨੈਂਟ ਮਾਵਾਂ ਨੇ ਉਹਨਾਂ ਦੇ 'ਚ ਖੂਨ ਦੀ ਕਮੀ ਹੈ ਫੇਰ ਜੇ ਹਸਪਤਾਲ ਠੀਕ ਨਹੀਂ ਚਾਹਦੇ ਮੈਂ ਕਿਉਂ ਕਹਣਾ ਵੀ ਔਰਤਾਂ ਵਾਸਤੇ ਕਿਉਂ ਜ਼ਰੂਰੀ ਰੱਖਣਾ ਉਹਨਾਂ ਔਰਤਾਂ ਨੂੰ ਤੁਸੀਂ ਸਹੂਲਤ ਦਿਓ ਜਾਣ ਆਉਂਦੀ ਸਭ ਕਸਰੀ ਜਿਨ੍ਹਾਂ ਨੇ ਸਾਰੇ ਅਰਥਚਾਰੇ ਨੂੰ ਸਮਨ ਹੈ ਘਰ ਦੇ ਵਿੱਚ ਮੈਂ ਕੋਈ ਅੱਜ ਨਹੀਂ ਕਹਿ ਰਿਹਾ ਮੈਂ ਤਾਂ 50 ਸਾਲ ਪਹਿਲਾਂ ਵੀ ਇਹ ਗੱਲ ਕਹਿੰਦਾ ਸੀ ਡਿਸਪੈਂਸਰੀ 'ਚ ਬੈਠਾ ਜਾਂ ਹਸਪਤਾਲ 'ਚ ਬੈਠਾ ਵੀ ਇਹ ਡਿਸਪੈਂਸਰੀ ਔਰਤਾਂ ਵਾਸਤੇ ਹੈ ਬੇਸਿਕਲੀ ਕਿਉਂ ਤੁਹਾਨੂੰ ਲੱਗੂਗਾ ਵੀ ਡਿਸਪੈਂਸਰੀ ਸਾਰਿਆਂ ਵਾਸਤੇ ਸਮਝ ਹੁੰਦੀ ਹੈ ਜਿਹੜਾ ਪਿੰਡ ਦੇ ਵਿੱਚ ਹਸਪਤਾਲ ਜਾਂ ਡਿਸਪੈਂਸਰੀ ਹੈ ਉਹ ਕੀ ਹੈ ਮਰਦ ਤਾਂ ਮੁੰਡੇ ਹੋਣ ਅ ਅਡਾਇਟੇ ਹੁਣ ਪੜਦੇ ਹੁਣ ਉਹ ਤਾਂ ਬਾਹਰ ਜਾ ਕੇ ਆਪਣਾ ਲਾਜ ਜਲੂਜ਼ ਕਰਾਈ ਜਾਂਦੇ ਨੇ ਘਰ ਚ ਜਿੰਨੇ ਬਜ਼ੁਰਗ ਨੇ ਜਿੰਨੇ ਬੱਚੇ ਨੇ ਤੇ ਜਿੰਨੀਆਂ ਔਰਤਾਂ ਨੇ ਉਹ ਔਰਤ ਜਿਹੜੀ ਘਰ ਦੀ ਹੈਗੀ ਆ ਤੁਰਦੀ ਫਿਰਦੀ ਉਸੇ ਨੂੰ ਲੈ ਕੇ ਜਾਣਾ ਪੈਂਦਾ ਜਿਹਦਾ ਨੌਜਵਾਨ ਪੁੱਤ ਮਰ ਗਿਆ ਜਾਂ ਘਰ ਵਾਲਾ ਮਰ ਗਿਆ ਨਸ਼ੇ ਨਾਲ ਉੱਤੇ ਤਖ਼ੂਰ ਜਿਆਦਾ ਵਜਨ ਪੈ ਗਿਆ ਜਿਹਦਾ ਐਕਸੀਡੈਂਟ 'ਚ ਮਰ ਗਿਆ ਉਹਦੇ ਤਖ਼ੂਰ ਵਜਨ ਪੈ ਗਿਆ ਤੁਸੀਂ ਉਹਨੂੰ ਸੋਹਤੀ ਕੋਈ ਨਹੀਂ ਦੇ ਰਹੇ ਉਹ ਅਥਚਾਰੇ ਨੂੰ ਕਰਦੇ ਨੇ ਸਾਮ ਰਹੀ ਹੈ ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਜਿਹੜਾ ਬਜਟ ਹੈ ਇਸ ਬਜਟ ਦੇ ਵਿੱਚ ਜਿਸ ਤਰੀਕੇ ਨਾਲ ਸੋਚ ਕੇ ਬਜਟ ਬਣਾਉਣਾ ਸੀ ਉਦਾਂ ਨਹੀਂ ਬਣਾਇਆ ਗਿਆ ਬਲਕਿ ਬਲਕਿ ਉਦਾਂ ਆ ਦੇ ਦੋ ਆ ਦੇ ਦੋ ਇੱਕ ਹੋਰ ਉਦਾਹਰਨ ਮੈਂ ਦਿੰਦਾ ਹਾਂ ਕਿ ਰੋਲਾ ਬਹੁਤ ਪਾ ਰਹੇ ਨੇ ਜਿਹੜੇ ਹੈਗੇ ਨੇ ਕਰਮਚਾਰੀ ਵੀ ਸਾਨੂੰ ਕੁਝ ਨਹੀਂ ਮਿਲਿਆ ਪਿਛਲੇ ਸਾਲ ਟੈਕਸ ਦੇ ਪੈਸੇ ਇਕੱਠੇ ਹੋਏ ਸੀ 45535 ਕਰੋੜ ਤੇ ਜਿਹੜੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀ ਪੈਨਸ਼ਨ ਤੇ ਇਹ ਹੈ ਉਹ ਸਾਰੇ ਟੈਕਸ ਦੇ ਪੈਸੇ ਪਾ ਕੇ ਹਜ਼ਾਰ ਕਰੋੜ ਹੋਰ ਪਾਉਣਾ ਪਿਆ ਸੀ 45.46 ਹਜ਼ਾਰ ਕਰੋੜ ਰੁਪਿਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਤਾ ਯਾਨੀ ਕਿ ਟੈਕਸ ਸਾਰਾ ਜਿਹੜਾ ਇਕੱਠਾ ਹੋ ਰਿਹਾ ਹੈ ਉਹ ਸਾਰੇ ਦਾ ਸਾਰਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਜਾ ਰਿਹਾ ਹੈ ਐਤਕੀ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣਾ ਹੈ ਉਹ ਤਕਰੀਬਨ 52 ਹਜ਼ਾਰ ਕਰੋੜ ਦੇਣਾ ਕਿਉਂਕਿ 53 ਹਜ਼ਾਰ ਕਰੋੜ ਕਹਿੰਦੇ 77 ਹਜ਼ਾਰ ਕਰੋੜ ਸਾਡੀ ਕਮਿਟਿਡ ਲਾਇਬਿਲਟੀ ਉਹ ਚੋਂ 22 ਹਜ਼ਾਰ ਕਰੋੜ ਤਾਂ ਆ ਗਿਆ ਵਿਆਜ ਦਾ ਇਹ 50000 ਕਰੋੜ ਰੁਪਏ ਕੱਲੇ ਮਲਾ ਜਾਂਦੇ ਪੈਨਸ਼ਨ ਦੇ ਦੇਣਾ ਇੰਨਾ ਇਹਦਾ ਟੈਕਸ ਇਕੱਠਾ ਨਹੀਂ ਹੋਣਾ ਜਦ ਕਿ ਟੈਕਸ ਥੱਲੇ ਵਾਲੇ ਜਿਹੜੇ ਗਰੀਬ ਨੇ ਜਮਾਈ ਅੱਛਾ ਪਿੱਛੇ ਪਾ ਕੇ ਤੇ ਗੱਲ ਵੀ ਕਰੀ ਸੀ ਵੀ ਜਿਹਨ ਥੱਲੇ ਵਾਲੇ 50% ਨੇ ਟੈਕਸ ਦਾ ਉਹ 64% ਟੈਕਸ ਦੇ ਰਹੇ ਨੇ ਜੀਐਸਟੀ ਦਾ 64% ਹਿੱਸਾ ਥੱਲੇ ਵਾਲੇ 50% ਚ ਆ ਰਿਹਾ ਹੈ ਇਹ ਤਾਂ ਰਿਪੋਰਟਾਂ ਸਾਹਮਣੇ ਆ ਗਈਆਂ ਰਿਜ਼ਰਵ ਬੈਂਕ ਦੇ ਅੰਕੜੇ ਨੇ ਕਿ ਟਿੰਡੇ ਟੈਕਸ ਨੇ ਜਿਹੜੇ 165000 ਰੁਪਏ ਪ੍ਰਤੀ ਵਿਅਕਤੀ ਨੇ ਸਿੱਧੇ ਟੈਕਸ 75 ਪਰ ਹੈਡ ਨੇ ਸਿੱਧੇ ਟੈਕਸ ਤੇ ਹੀ ਨੇ ਨਾ ਵੀ ਤੁਸੀਂ ਗੱਡੀ ਲਈ ਆ ਜੀ ਉਹ ਜੀ ਆਰਸੀ ਬ ਤੁਸੀਂ ਜ਼ਮੀਨ ਖਰੀਦੀ ਆ ਤੁਸੀਂ ਘਰ ਖਰੀਦਿਆ ਤੁਸੀਂ ਪਰਾਤ ਖਰੀਦਿਆ ਤੁਸੀਂ ਇਨਕਮ ਟੈਕਸ ਦਿੱਤਾ ਹੈ ਸਿਜੀ ਟੈਕਸ ਆ ਹੀ ਨੇ ਇਹ ਇਹ ਤਾਂ ਸਾਰੀ ਪਿੰਨ ਤਰਫੀ ਪਰ ਹੈਡ ਨੇ ਡੇਡੇ ਨੇ ਵੀ ਤੁਸੀਂ ਕੋਈ ਇੱਕ ਡੰਗਰੂ ਖਰੀਦਦਾ ਉਹਦੇ ਵੀ ਪੈਸੇ ਤੁਸੀਂ ਆਟੋ 'ਚ ਬੈਠ ਕੇ ਗਏ ਉਹਦਾ ਵੀ ਕੋਈ ਡੀਜ਼ਲ ਦੇ ਉੱਤੇ ਟੈਕਸ ਹੈ ਉਹਦੇ ਪੁਰਜਿਆਂ ਤੇ ਟੈਕਸ ਹੈ ਸੋ ਇਸ ਕਰਕੇ ਜਿੰਨਾ ਤੋਂ ਤੁਸੀਂ ਟੈਕਸ ਦੇ ਰਹੇ ਹੋ ਉਹਨਾਂ ਨੂੰ ਦੇ ਕੁਝ ਨਹੀਂ ਰਹੇ ਲੋਕਾਂ ਨੂੰ ਲੱਗਦਾ ਉਹਨਾਂ ਨੂੰ ਦੇ ਰਹੇ ਨੇ ਉਹਨਾਂ ਦੇ ਨਾਂ ਤੇ ਕਹਿੰਦੇ ਨੇ ਮਾਂ ਦਾ ਪੱਜ ਬੱਚੇ ਦਾ ਪੱਜ ਤੇ ਮਾਂ ਦਾ ਰਾਜ ਇਹ ਬੱਚੇ ਦੇ ਪੱਜ 'ਚ ਬਿਊਰੋਕ੍ਰੇਸੀ ਖੰਦੀ ਆ ਬੱਚੇ ਦੇ ਪੱਲੇ ਸਾਰਾ ਸਰਕਾਰੀ ਤੰਤਰ ਖੰਦਾ ਜਿਹੜਾ ਕੋਈ ਕੰਮ ਕਰਕੇ ਰਾਜੀ ਨਹੀਂ ਬੰਦੇ ਨੂੰ ਪੁੱਠਾ ਬੋਲਦਾ ਉਲਟਾ ਹੀ ਬੋਲਦਾ ਉਲਟਾ ਹੀ ਜਵਾਨ ਦੱਸਦਾ ਤੇ ਉਹਦੇ ਨਾਲ ਹੀ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਪਹਿਲੇ ਹੀ ਸਭ ਕੁਝ ਮਿਲ ਰਿਹਾ ਉਹਨਾਂ ਨੂੰ ਤੁਸੀਂ ਹੋਰ ਵੀ ਦੇਈ ਜਨਾਂ ਜਿਹਨੂੰ ਲੋੜ ਨਹੀਂ ਹੈ ਸੋ ਦਈ ਦਾ ਲੋੜਵੰਦ ਨੂੰ ਹੈ ਕਦੇ ਵੀ ਬਿਨਾਂ ਲੋੜ ਵਾਲੇ ਨੂੰ ਨਹੀਂ ਦਈਦਾ ਮੈਨੂੰ ਆ ਲੱਗਦਾ ਇਸ ਬਜਟ ਦੇ ਵਿੱਚ ਜੇ ਇਹ ਮਨਰੇਗਾ ਦਾ ਜੇ ਇਹ ਜਿਹੜੇ ਸੁਇਸਾਈਡ ਵਿਕਟਮ ਪਰਿਵਾਰ ਨੇ ਖੁਦਕੁਸ਼ੀ ਪੀੜਤ ਪਰਿਵਾਰ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਜੀ ਉਹਨਾਂ ਦਾ ਜੇ ਇਹ ਜਿਹੜੇ ਐਕਸੀਡੈਂਟ ਦੇ ਵਿਕਟਮ ਹੋ ਜਾਂਦੇ ਨੇ ਤਕਰੀਬਨ 18 ਮੌਤਾਂ ਹੁੰਦੀਆਂ ਨੇ ਉਹਨਾਂ ਦਾ ਤੇ ਜੇ ਜਿਹੜੇ ਨਸ਼ੇ ਨਾਲ ਮਰ ਜਾਂਦੇ ਨੇ ਆ ਐਨਸੀਆਰਬੀ ਦਾ ਡਾਟਾ ਆਇਆ ਸਿੱਧਾ ਔਰ ਉਹ ਜਿਹੜੇ ਆਰਟੀਕਲ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਮੈਂ ਲਿਖਿਆ ਵੀ ਸੀ ਪਿਛੇ 5 ਸਾਲ ਦਾ ਡਾਟਾ ਇਹਨਾਂ ਦੁਆਰਾ ਉਹਨਾਂ ਨੂੰ ਜੇ ਤੁਸੀਂ ਰਾਹਤ ਨਹੀਂ ਦਿਓਗੇ ਤਾਂ ਪੰਜਾਬ ਦਾ ਅਰਥਚਾਰਾ ਜ਼ਿਆਦਾ ਡੁੱਬੂ ਕਿਉਂਕਿ ਉਹਨਾਂ ਨੇ ਉਹੀ ਖਰਚ ਕਰਦੇ ਨੇ ਤੇ ਉਹਦੇ ਚੋਂ ਇੱਕ ਤਾਂ ਤੁਹਾਡੀ ਆਮਦਨ ਵੱਧਣੀ ਹੈ ਦੂਜੀ ਗੱਲ ਉਹਨਾਂ ਨੂੰ ਪੈਸੇ ਦੇਵੋਗੇ ਕੀੜੀ ਨੂੰ ਕਹਿੰਦੇ ਠੁੱਠੇ ਦਰਿਆ ਹੁੰਦਾ ਹੈ ਉਹਨਾਂ ਨੂੰ ਉਹ ਪੈਸੇ ਵੀ ਬੜਾ ਵੱਡਾ ਸਹਾਰਾ ਦੇਣਗੇ ਉਹ ਅੱਗੇ ਬਦਮਾਸ਼ ਬਣਨ ਦਾ ਕਿਸੇ ਨੂੰ ਖਰਾਬ ਕਰਨ ਦਾ ਕਿਸੇ ਦੇ ਚੋਰੀ ਠੱਗੀ ਕਰਨ ਦਾ ਕੋਈ ਹੋਰ ਮਾੜੇ ਕੰਮ ਕਰਨ ਤੋਂ ਅਵੋਇਡ ਕਰਨਗੇ ਉਸ ਤੋਂ ਕਿਨਾਰਾ ਕਰਨਗੇ ਸੋ ਇਸ ਕਰਕੇ ਮੈਨੂੰ ਆਇ ਲੱਗਦਾ ਹੈ ਅਰ ਫਿਰ ਉਹ ਪਿੰਡਾਂ ਦੇ ਵਿੱਚ ਨੇ ਬਹੁਤੇ ਜੇ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਸੁਧਰ ਸਕਦਾ ਸੀ ਪਰ ਜਿਵੇਂ ਅਫਸਰ ਸਾਹਿਬ ਬਜਟ ਬਣਾਉਂਦੀ ਹੈ ਸ਼ਾਇਦ ਤੁਹਾਨੂੰ ਪਤਾ ਹੀ ਹੋਏਗਾ ਹਰੇਕ ਮਹਿਕਮਾ ਆਪਣਾ ਦਿਖ ਦਿੰਦਾ ਇਹਦੇ ਇੰਨੇ ਇੰਨੇ ਇੱਕ ਆਸਪਿਕਟ ਦਰਸਾ ਕੇ ਮੈਂ ਆਪਣੀ ਗੱਲ ਖਤਮ ਕਰਦਾ ਕਿ ਜੇ ਕੋਈ ਸਵਾਲ ਹੋਵੇ ਤਾਂ ਕਰ ਦਿਓ ਨਹੀਂ ਤਾਂ ਆਪਣਾ ਹੋ ਗਿਆ ਕਿਵੇਂ ਬੰਦਾ ਬਜਟ ਇੱਕ ਵਾਰੀ ਅ ਇਹ ਮਨਪ੍ਰੀਤ ਬਾਦਲ ਸੀਗੇ ਫਾਈਨੈਂਸ ਮਿਨਿਸਟਰ ਤਰਾਣੀ ਗੱਲ ਹੈ ਤੇ ਮੈਨੂੰ ਅ ਕਹਿੰਦੇ ਵੀ ਅਸੀਂ ਦੋ ਤਰੀ ਗੱਲਬਾਤ ਕਰਕੇ ਬਜਟ ਬੰਨ੍ਹਾ ਕੇ ਨਹਿਕ ਮਿਆਂ ਦਾ ਉਹ ਸਾਡੇ ਵਿਭਾਗ ਦੇ ਜਾਣ ਲੱਗੇ ਉਹ ਫਾਈਨੈਂਸ ਦੇ ਜਣ ਕੇ ਵਿੱਤ ਦੇ ਮਾਹਰ ਹੁੰਦੇ ਨੇ ਕਮੇ ਨੂੰ ਮੇਰੇ ਡਾਇਰੈਕਟ ਕਰਨਗੇ ਵੀ ਤੁਸੀਂ ਚਲੇ ਜਾਓ ਇਹ ਨਵੇਂ ਆਏ ਨੇ ਇਹਨਾਂ ਨੂੰ ਪਤਾ ਨਹੀਂ ਹੋਣਾ ਹਾਲਾਂਕਿ ਜਿਹੜਾ ਮਹਾਰੰਟ ਛੇਤੀ ਪਤਾ ਬਗ ਜਾਣਾ ਚਾਹੀਦਾ ਹੈ ਚਲੋ ਮੈਂ ਜਦ ਮੈਂ ਚਲੇ ਜਾਣਾ ਜੀ ਮੈਂ ਰਸਤੇ 'ਚ ਗੱਡੀ 'ਚ ਬੈਠੇ ਬੈਠੇ ਉਹਨੂੰ ਆਖਿਆ ਮੈਂ ਖੜਾ ਮੈਨੂੰ ਦਿਖਾ ਤੂੰ ਵੀ ਤੁਸੀਂ ਭੇਜਿਆ ਕੀ ਹੈ ਤੇ ਮੰਨੋਗੇ ਕਿਵੇਂ ਭੇਜਿਆ ਹੋਇਆ ਸ਼ਾਇਦ ਮੈਂ ਈ ਕਦੇ ਦੱਸਿਆ ਵੀ ਹੋਵੇ ਤੁਸੀਂ ਹੈਰਾਨ ਮੰਨੋਗੇ ਲਿਖਿਆ ਹੋਇਆ ਵੀ 6 ਅਸੀਂ ਟਾਈਪ ਮਸ਼ੀਨਾਂ ਲੈਣੀਆਂ ਨੇ ਨਾ 5 5 ਟਾਈਪ ਮਸ਼ੀਨਾਂ ਦਾ ਪਾਇਆ ਹੋਇਆ 30 ਅ ਕਨਾ ਆ ਪੰਡਰ ਟਾਈਮ ਸੀ 6 6 ਲੱਖ ਰੁਪਿਆ ਹੂੰ ਉਹ ਮੇਖਾ ਪਾਈ ਟਾਈ ਮਿਸ਼ਿੰਤਾ ਸੋਨਾ 10000 ਦੀ ਹੁੰਦੀ ਹੈ ਫੇਰ ਕੰਨਾ ਨਹੀਂ ਜੇ ਅਸੀਂ ਉਹ ਲੈ ਲਏ ਨੇ ਇੱਕ ਹੋ ਇਲੈਕਟ੍ਰੋਨਿਕ ਲੈ ਲਈ ਮਖੋ ਵੀ 30000 ਦੀ ਹੈ ਮੇਰਾ ਕੰਪਿਊਟਰ ਵੀ ਢਾਈ ਲੱਖ ਦੇ ਆ ਜਾਣਗੇ ਹੁਣ ਤਾਂ ਉਦੋਂ ਸਾਰੇ 55000 ਦਾ ਹੋ ਗਿਆ ਸੀ ਕੋਈ ਜਵਾਬ ਨਹੀਂ ਫੇਰ ਅੱਗੇ ਇੱਕ ਹੋਰ ਪਾਇਆ ਹੋਇਆ ਕੁਝ ਪਾਇਆ 26 ਲੱਖ ਰੁਪਿਆ ਮੈਂ ਕਿ ਦੇਖਿਆ ਡਿਟੇਲ ਅਗੇ ਹੁੰਦਾ ਵੀ ਇੱਕ ਪਹਿਲਾ ਰਿਸ਼ਤਾ ਵੀ 26 ਲੱਖ ਚਾਹੀਦਾ ਫਿਰ ਥੱਲੇ ਡਿਟੇਲ ਵੀ ਕਾਦੇ ਵਾਸਤੇ ਚਾਹੀਦਾ ਉਹ ਜੀ ਇੱਕ ਕਾਰ ਇੱਕ ਮਿੰਨੀ ਬੱਸ ਲੈਣੀ ਹੈ ਕਹਿੰਦੇ ਉਦੋਂ 2-3 ਲੱਖ ਰੁਪਏ ਦੀ ਕਾਰ ਹੁੰਦੀ ਸੀ ਮਿੰਨੀ ਬੱਸ 6-7 ਲੱਖ ਦੀ ਹੁੰਦੀ ਸੀ ਉਹ ਮੈਂ ਕਿਹਾ ਤਾਂ 10 ਲੱਖ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੁਸੀਂ 26 ਕਿਵੇਂ ਪਾਰ ਕਿਹਾ ਪਰ ਐਂ ਹੀ ਪਾਸ ਹੋ ਜਾਣਾ ਹੁੰਦਾ ਐਂ ਬਜਟ ਹੈ ਸੋ ਇਸ ਕਰਕੇ ਐਂ ਹਰ ਇੱਕ ਨੇ ਕਹਿੰਦਾ ਐਂ ਬੰਦਾ ਜੀ ਨੂੰ ਮਰਗੀ ਜਾ ਨਹਿਰਾ ਵਾਲਾ ਦੇਖ ਲੈਣ ਮੈਂ ਇੱਕ ਡੀਸੀ ਨੂੰ ਇੱਕ ਵਾਰੀ ਕਹਿੰਦਾ ਸੀ ਆ ਜਿਹੜਾ ਇਹਨਾਂ ਨੇ ਆਖਿਆ ਨਾ ਡਿਜ਼ਾਸਟਰ ਦੇ ਉੱਤੇ ਆਫਟਰ ਪ੍ਰਬੰਧਨ ਦੇ ਉੱਤੇ 18000 ਕਰੋੜ ਮੈਂ ਡੀਸੀ ਨੂੰ ਬੈਠਾ ਅਸਰਿਆ ਸੀ ਮੈਂ ਤੁਹਾਡਾ ਕੀ ਹੈ ਤੁਸੀਂ ਤਾਂ ਮੈਂ ਕਿਹਾ 5000 ਕਰੋੜ ਰੁਪਈਆ ਹਰ ਸਾਲ ਸਰਕਾਰ ਦਾ ਉਹ ਕਰਦੇ ਹੋ ਉਹਦੇ ਚੋਂ 2.5 ਹਜ਼ਾਰ ਕਰੋੜ ਤਾਂ ਤੂੰ ਵੰਡਿਆ ਜਾਂਦਾ ਹੈ ਜੂੜ ਕੇ ਹਜ਼ਾਰ ਕਰੋੜ ਜਿਹੜਾ ਹੈ ਉਹ ठेकेदार ਲੈ ਜਾਂਦਾ ਹੈ ਤੇ ਬਾਕੀ ਇੱਕ 1000 ਕਰੋੜ ਹੈ ਜਿਹੜਾ ਉਹ ਤੁਸੀਂ ਦਰਿਆ ਚ ਸੁੱਟ ਦਿੰਦੇ ਹੋ ਕਹਿੰਦਾ ਉਹ ਕਿ ਮੈਂ ਉਹ ਤੁਸੀਂ ਇਦਾਂ ਦਾ ਪਾਉਣੇ ਉਹ ਵੀ ਤੁਸੀਂ ਤਾਂ ਬੰਨੀ ਨਹੀਂ ਅੱਜ ਨੂੰ ਤਾਂ ਸਾਰੀਆਂ ਪੱਕੀਆਂ ਹੋ ਜਾਂਦੀਆਂ ਤੁਸੀਂ ਜਿੰਨਾਂ ਇਹਨਾਂ ਨੇ ਫਲੱਡ ਕੰਟਰੋਲ ਤੇ ਪੈਸਾ ਲਖਦੇ ਰਹੇ ਨੇ ਉਹ ਕਿਉਂਕਿ ਉਹੀ ਮਿੱਟੀ ਪਾਈ ਜਾਣੀ ਹੈ ਕੱਚੀ ਜੀ ਨਾ ਉਹਦੇ ਉਸ ਤਨਾ ਠੀਕ ਕਰਨਾ ਤੇ ਨਾਲ ਹੀ ਪੈਸਾ ਸਾਰਾ ਬਿਊਰੋਕ੍ਰੇਸੀ ਨੂੰ ਕਿਉਂਕਿ ਬਿਊਰੋਕ੍ਰੇਸੀ ਨੇ ਵਿੱਚ ਸ਼ਾਮਲ ਹੁੰਦੀ ਹੈ ਬਿਊਰੋਕ੍ਰੇਸੀ ਇਸ ਦੇ ਇਸ ਗੱਲ ਦੇ ਸੋ ਪੈਸੇ ਬਿਊਰੋਕ੍ਰੇਸੀ ਨੂੰ ਉੱਤੇ ਤੱਕ ਜਾਈ ਜਾਂਦੇ ਨੇ ਸੋ ਸਾਡੇ ਜਿਹੜਾ ਕੰਮ ਨਾ ਕਰਕੇ ਪੈਸਾ ਜਾਦਾ ਮਿਲਦਾ ਜਿੱਦ ਦਿਨ ਨਹਿਰ ਟੁੱਟ ਜਾਂਦੀ ਹੈ ਮੀਹਾਂ ਦੇ ਵਿੱਚ ਉਹਦੇ ਪੈਸਾ ਮਿਲਦਾ ਇਹ ਉਹਦੇ ਵਿੱਚ ਸਫਰ ਕੌਣ ਕਰਦਾ ਹੜਾ ਜਾਣਾ ਫਸਾਦ ਹੋ ਜਾਣਾ ਆ ਜਿਹੜਾ ਰੋਜ਼ ਮਾਰ ਕਾਟ ਦਾ ਜਾਂ ਜਿਹੜਾ ਗੈਂਗਸਟਰ ਹੁੰਦਾ ਹੈ ਇਹ ਸਾਰਿਆਂ ਦੇ ਵਿੱਚ ਔਰਤ ਸਫਰ ਕਰਹੀ ਹੈ ਕਿਉਂਕਿ ਜੇ ਕੋਈ ਗੈਂਗਸਟਰ ਮਰਦਾ ਉਹਦੀ ਵੀ ਕੋਈ ਮਾਂ ਪੈਣ ਹੈ ਜੇ ਕੋਈ ਫਸਾਦ ਕਰਕੇ ਮਾਰਦਾ ਹਿੰਦੂ ਸਿੱਖ ਮੁਸਲਮਾਨ ਈਸਾਈ ਕਰਕੇ ਉਹਦੀ ਵੀ ਗਾਂਹ ਕੋਈ ਮਾਂ ਪੈਣ ਹੈ ਸੋ ਔਰਤ ਸਭ ਤੋਂ ਜ਼ਿਆਦਾ ਸਫਰ ਰਹਾ ਤੇ ਪਰ ਇਸ ਬਜਟ ਦੇ ਵਿੱਚ ਔਰਤ ਨੂੰ ਬਿਲਕੁਲ ਪਛਾੜਿਆ ਗਿਆ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ 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 ਜੀ